ਹੈਲੋ एवरीवन वेलकम टू हेल्दी ਥੌਟਸ ਆਈ ਹੋਪ ਯੂ ਆਲ ਆਰ ਡੂਇੰਗ ਵੈਰੀ ਵੈਲ ਅਰ ਟੁਡੇਜ਼ ਟਾਪਿਕ ਇਜ਼ ਡਾਈਜੈਸਟਿਵ ਸਿਸਟਮ ਡਾਈਜੈਸਟਿਵ ਸਿਸਟਮ ਜਿਹਨੂੰ ਆਪਾਂ ਪਾਚਨ ਪ੍ਰਣਾਲੀ ਵੀ ਬੋਲਦੇ ਆਂ ਜਿਹੜਾ ਖਾਣਾ ਆਪਾਂ ਖਾਂਦੇ ਆ ਉਹ ਕਿਹੜੇ ਕਿਹੜੇ ਬਾਡੀ ਆਰਗਨਸ ਦੇ ਅੰਦਰ ਜਾਂਦਾ ਹੈ ਤੇ ਉਹ ਕਿਵੇਂ ਕਿਵੇਂ ਡਾਈਜੈਸਟ ਹੁੰਦਾ ਹੈ ਕੀ ਪ੍ਰੋਸੈਸ ਹੈ ਬਰੀਫ ਦੇ ਵਿੱਚ ਆਪਾਂ ਉਹ ਡਿਸਕਸ ਕਰਾਂਗੇ ਇੱਕ ਸਮਾਲ ਵੀਡੀਓ ਹੈ ਐਂਡ ਤੱਕ ਜਰੂਰ ਦੇਖਿਓ ਤੁਹਾਡੀ ਅੰਡਰਸਟੈਂਡਿੰਗ ਲਈ ਬਹੁਤ ਵਧੀਆ ਹੋਊਗਾ ਸਭ ਤੋਂ ਪਹਿਲਾਂ ਫੂਡ ਦਾ ਡਾਈਜੈਸ਼ਨ ਜਿਹੜਾ ਸਟਾਰਟ ਹੁੰਦਾ ਹੈ ਮਾਊਥ ਤੋਂ ਮਾਊਥ ਦੇ ਵਿੱਚ ਟੀਥ ਆ ਗਏ ਟਾਂਗ ਆ ਗਈ ਸਲਾਈਵਾ ਆ ਗਿਆ ਉਹ ਸਾਰਾ ਖਾਣੇ ਨੂੰ ਕੱਟ ਕਰਨ ਸਾਰਾ ਉਹਦਾ ਇੱਕ ਮਿਕਸਚਰ ਬਣਾ ਲੈਂਦਾ ਹੈ ਫੂਡ ਦਾ ਜਿਹਨੂੰ ਆਪਾਂ ਬੋਲਦੇ ਆ ਬੋਲਸ ਉਹ ਫੂਡ ਨੂੰ ਬੋਲਸ ਬੋਲਦੇ ਆ ਹੁਣ ਜੋ ਬੋਲਸ ਹੈ ਕਿੱਥੇ ਜਾਏਗਾ ਇਸੋਫੇਗਸ ਦੇ ਅੰਦਰ ਦੇਖੋ ਵੀਡੀਓ ਚ ਦਿਖ ਰਿਹਾ ਤੁਹਾਨੂੰ ਪਹਿਲਾਂ ਆਪਾਂ ਖਾਣਾ ਖਾਇਆ ਖਾਣਾ ਟਾਂਗ ਟਾਂਗ ਥੀਥ ਸਲਾਈਵਾ ਦੀ ਹੈਲਪ ਦੇ ਨਾਲ ਪ੍ਰੋਸੈਸ ਦਾ ਨਾਮ ਹੈ ਮਾਸਟਿਕੇਸ਼ਨ ਵਿਦ ਦੀ ਹੈਲਪ ਆਫ ਮਾਸਟਿਕੇਸ਼ਨ ਫੂਡ ਕੀ ਹੋ ਗਿਆ ਬੋਲਸ ਬਣ ਗਿਆ ਬੋਲਸ ਇਜ਼ ਆ ਪਾਰਸ਼ਲੀ ਡਾਈਜੈਸਟਡ ਫੂਡ ਜੋ ਹਾਫ ਡਾਈਜੈਸਟ ਹੋਇਆ ਹੈ ਹਜੇ ਸਿਰਫ ਉਹਦਾ ਮਕੈਨੀਕਲ ਡਾਈਜੈਸ਼ਨ ਸਟਾਰਟ ਹੋਇਆ ਸੋ ਉਹ ਖਾਣਾ ਹੁਣ ਇਸੋਫੇਗਸ ਜਾ ਰਿਹਾ ਹੈ ਸਟਾਰਟਿੰਗ ਦੇ ਵਿੱਚ ਆਪਾਂ ਇਸੋਫੇਗਸ ਦੇਖੀ ਸੀ ਫੂਡ ਪਾਈਪ ਨੂੰ ਬੋਲਦੇ ਆਂ ਏ ਇਸੋਫੇਗਸ ਨੂੰ ਕ੍ਰੋਸ ਕਰਕੇ ਇਹਨੇ ਅੱਗੇ ਫਰਦਰ ਸਟਮਕ ਦੇ ਕੋਲ ਜਾਣਾ ਇਹਦੇ ਵਿੱਚ ਸਲਾਈਵਾ ਮਿਕਸ ਹੈ ਬਟ ਇਹ ਕੰਪਲੀਟਲੀ ਹਜੇ ਡਾਈਜੈਸਟ ਨਹੀਂ ਹੋਇਆ ਡਾਈਜੈਸ਼ਨ ਇਹਦਾ ਮਾਊਥ ਤੋਂ ਸਟਾਰਟ ਹੋਇਆ ਹੁਣ ਇਸੋਫੇਗਸ ਤੋਂ ਬਾਅਦ ਇਹ ਕਿੱਥੇ ਪਹੁੰਚੇਗਾ ਸਟਮਕ ਦੇ ਕੋਲ ਇਸੋਫੇਗਸ ਦੇ ਕੋਲ ਸਫਿੰਕਟਰ ਹੈ ਇਸੋਫੇਜੀਅਲ ਸਫਿੰਕਟਰ ਇਹ ਇਹਦੀ ਰੀਗਰਜਿਟੇਸ਼ਨ ਨੂੰ ਪ੍ਰिवेंट ਕਰਦਾ ਮੀਨਸ ਜਦੋਂ ਇਹ ਸਟਮਕ ਚ ਪਹੁੰਚ ਗਿਆ ਇਹ ਦੁਬਾਰਾ ਬੈਕਫਲੋ ਉੱਪਰ ਨਾ ਹੋਵੇ ਇਹਦਾ ਹੁਣ ਸਟਮਕ ਦੇ ਅੰਦਰ ਇੱਕ ਜੂਸ ਸੈਕ੍ਰੀਟ ਹੁੰਦਾ ਹੈ ਗੈਸਟ੍ਰਿਕ ਜੂਸ ਗੈਸਟ੍ਰਿਕ ਜੂਸ ਕਿਸ ਚੀਜ਼ ਚ ਹੈਲਪ ਕਰਦਾ ਹੈ ਡਾਈਜੈਸ਼ਨ ਚ ਹੈਲਪ ਕਰਦਾ ਹੈ ਹੋਰ ਵੀ ਬਹੁਤ ਸਾਰੇ ਐਨਜ਼ਾਈਮਸ ਸਟਮਕ ਦੇ ਅੰਦਰ ਹੈ ਸਟਮਕ ਦੇ ਨਾਲ ਜਿਹੜੇ ਸਾਈਡ ਤੇ ਸਟਰਕਚਰ ਹੈ ਉਹ ਲਿਵਰ ਐਂਡ ਗੋਲ ਬਲੈਡਰ ਹੈ ਗੋਲ ਬਲੈਡਰ ਨੂੰ ਆਪਾਂ ਪੰਜਾਬੀ ਚ ਪਿੱਤਾ ਵੀ ਬੋਲਦੇ ਆ ਲਿਵਰ ਤੁਹਾਨੂੰ ਪਤਾ ਹੈ ਲਿਵਰ ਇੱਕ ਫਲੂਇਡ ਸੈਕ੍ਰੀਟ ਕਰਦਾ ਹੈ ਉਹਦਾ ਨਾਮ ਹੈ ਬਾਇਲ ਉਹ ਫਲੂਇਡ ਗਾਲ ਬਲੈਡਰ ਦੇ ਅੰਦਰ ਚਲਾ ਜਾਂਦਾ ਹੈ ਫਿਰ ਉਹ ਵੀ ਡਾਈਜੈਸ਼ਨ 'ਚ ਹੈਲਪ ਕਰਦਾ ਹੁਣ ਫੂਡ ਸਟਮਕ ਤੋਂ ਬਾਅਦ স্মੋਲ ਇੰਟੈਸਟਾਈਨ ਦੇ ਵਿੱਚ ਆ ਗਿਆ ਜਿਹੜੇ ਤੁਹਾਨੂੰ ਇਹ ਇਲੀਅਮ ਜਾਜੂਨਮੇ ਸਾਰੇ ਦਿਖ ਰਹੇ ਆ ਇਹ স্মੋਲ ਇੰਟੈਸਟਾਈਨ ਦੇ ਪਾਰਟ ਆ ਐਗਜੈਕਟ ਜੋ ਡਾਈਜੈਸ਼ਨ ਆ ਫੂਡ ਦਾ ਉਹ স্মਲ ਇੰਟਰਸਟਾਈਨ ਦੇ ਅੰਦਰ ਹੁੰਦਾ ਹੈ ਕੈਮੀਕਲ ਡਾਈਜੈਸ਼ਨ ਜੋ ਇਹ ਲਿਵਰ ਉੱਪਰੋਂ ਦਿਖ ਰਿਹਾ ਉਹ ਬਾਇਲ ਸੈਕ੍ਰੀਟ ਕਰਦਾ ਹੈ ਬਾਇਲ ਇਹਦੀ ਫੈਟ ਦੀ ਇਮਲਸੀਫਿਕੇਸ਼ਨ 'ਚ ਹੈਲਪ ਕਰਦਾ ਹੈ ਮੀਨਸ ਐਬਸਾਰਪਸ਼ਨਸ ਹੈਲਪ ਕਰਦਾ ਹੈ ਫਿਰ ਉਸ ਤੋਂ ਬਾਅਦ ਸਟਮਕ ਤੋਂ ਬਾਅਦ ਲਾਰਜ ਇੰਟਰਸਟਾਈਨ ਦੇ ਵਿੱਚ ਜਾਏਗਾ ਹੁਣ ਇਹ ਥੋੜੇ ਜਿਹਾ ਸਟਰਕਚਰਸ ਆ ਜੋ ਮੇਨ ਮੇਨ ਇਹਦੀਆਂ ਪਿਕਚਰਸ ਆ ਸਭ ਤੋਂ ਪਹਿਲਾਂ ਤਾਂ ਆਪਣੀ ਔਰਲ ਕੈਵਿਟੀ ਆ ਗਈ ਜਿੱਦੇ ਤੋਂ ਸਲਾਈਵਾ ਸਲਾਈਵਰੀ ਗਲੈਂਡਸ, ਟੀਥ, ਟੰਗ ਤੇ ਇਹਦਾ ਡੈਂਟਲ ਜੋ ਡੈਂਚਰ ਸਟਰਕਚਰ ਹੈ, ਆਪਣੇ ਟੀਥ ਕਿਸ ਤਰ੍ਹਾਂ ਫਿਕਸ ਹੈ, ਇਹਦੇ ਅੰਦਰ ਐਲਵਲਰ ਰਿਜਸ ਦੇ ਅੰਦਰ ਮਾਊਥ ਦਾ ਕੀ ਸਟਰਕਚਰ ਹੈ। ਆਫਟਰ ਥੈਟ ਇਸੋਫੇਗਸ ਆ ਗਿਆ ਜਿਹਨੂੰ ਆਪਾਂ ਫੂਡ ਪਾਈਪ ਬੋਲਦੇ ਆਂ ਮਾਊਥ ਤੋਂ ਬਾਅਦ ਫੂਡ ਕਿੱਥੇ ਜਾਂਦਾ ਹੈ? ਇਸੋਫੇਗਸ ਦੇ ਅੰਦਰ ਜਾਂਦਾ ਹੈ। ਉਸ ਤੋਂ ਬਾਅਦ ਇਸੋਫੇਗਸ ਤੋਂ ਬਾਅਦ ਨੈਕਸਟ ਸਟਰਕਚਰ ਆਪਣਾ ਕੀਤਾ ਗਿਆ ਸਟਮਕ ਜਿਹਦੇ ਵਿੱਚ ਗੈਸਟ੍ਰਿਕ ਜੂਸ ਦੀ ਸੈਕ੍ਰੀਸ਼ਨ ਹੁੰਦੀ ਹੈ ਤੇ ਫੂਡ ਇੱਥੇ ਕੀ ਬਣ ਜਾਂਦਾ ਕਾਇਮ ਕਾਇਮ ਇਜ਼ ਅ ਕੈਮੀਕਲ ਐਸਿਡਿਕ ਫੂਡ ਜੋ ਬੋਲਸ ਤੋਂ ਬਾਅਦ ਨੈਕਸਟ ਫਾਰਮ ਫੂਡ ਦੇ ਕੀ ਹੈ ਕਾਇਮ ਲਿਵਰ ਆ ਗਿਆ ਲਿਵਰ ਐਂਡ ਗਾਲ ਬਲੇਡਰ ਦੋ ਸਟਰਕਚਰ ਹਨ ਲਿਵਰ ਦੇ ਨਾਲ ਦੇਖੋ ਡਾਇਗਰਾਮ 'ਚ ਸ਼ੋ ਹੋ ਰਿਹਾ ਗਾਲ ਬਲੇਡਰ ਗ੍ਰੀਨ ਕਲਰ 'ਚ ਤੁਹਾਨੂੰ ਦਿਖਦਾ ਹੈ ਲਿਵਰ ਬਾਇਲ ਨੂੰ ਸੈਕ੍ਰੀਟ ਕਰਦਾ ਹੈ ਗਾਲ ਬਲੇਡਰ ਉਹਨੂੰ ਸਟੋਰ ਕਰਦਾ ਹੈ ਉਸ ਤੋਂ ਬਾਅਦ ਦੋਨੋਂ ਇੰਟੈਸਟਾਈਨਸ ਆ ਗਈਆਂ ਸਮਾਲ ਐਂਡ ਲਾਰਜ ਵਾਲ ਇੰਟਰਸਟਾਈਨ ਦੇ ਅੰਦਰ ਕੈਮੀਕਲ ਡਾਈਜੈਸ਼ਨ ਹੁੰਦਾ ਹੈ ਤੇ ਉਸ ਤੋਂ ਬਾਅਦ ਲਾਰਜ ਦੇ ਅੰਦਰ ਚਲ ਜਾਂਦਾ ਹੈ ਲਾਰਜ ਤੋਂ ਬਾਅਦ ਜੋ ਵੇਸਟ ਹੈ ਉਹ ਬਾਡੀ ਤੋਂ ਬਾਹਰ ਨਿਕਲ ਜਾਂਦਾ ਹੈ ਐਂਡ એનર્ਜੀ ਅਬਸੋਰਬ ਹੋ ਜਾਂਦੀ ਹੈ ਸੋ ਅਗਰ ਤੁਹਾਨੂੰ ਪਸੰਦ ਆਈ ਲਾਈਕ ਦੀ ਵੀਡੀਓ ਥੈਂਕ ਯੂ ਫॉर ਵਾਚਿੰਗ ਬਾਏ ਬਾਏ